ਇਸ ਹੰਸ ਅਗੇ ਸਾਡੇ ਬਿਕਰ ਸਿੰਘ ਅਨੰਤ ਜੀ ਸੋ ਮੈਂ ਅਗਲੇ ਬੁਲਾਰੇ ਨੂੰ ਬੇਨਤੀ ਕਰਨ ਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਧਿਆਨ ਚ ਗਾ ਲਿਆਣੀ ਚਾਹਨਾ ਕਿ ਸਮੇਂ ਦੀ ਕਾਫੀ ਘਾਟ ਹੈ ਸੋ ਇੱਕ ਇੱਕ 2-2 ਮਿੰਟ ਦੇ ਵਿੱਚ ਉਹ ਆਪਣੇ ਵਿਚਾਰ ਸਾਰੀ ਸਾਹਾ ਸੰਗਤ ਨਾਲ ਸਾਂਝੇ ਕਰਨ ਸੋ ਅੱਗੇ ਮੈਂ ਬੇਨਤੀ ਕਰਾਂਗਾ ਲਾਭ ਸਿੰਘ ਭਾਮੀਆਂ ਹੁਣਾਂ ਨੂੰ ਕਿ ਉਹ ਮੰਚ ਤੇ ਆ ਕੇ ਆਪਣੇ ਵਿਚਾਰ ਰੱਖਣ ਤੇ ਲਾਭ ਸਿੰਘ ਭਾਮੀਆਂ ਤੋਂ ਬਾਅਦ ਬੇਨਤੀ ਕਰਾਂਗਾ ਗੁਰਪ੍ਰੀਤ ਲਾਲੀ ਜੀ ਹੁਣਾਂ ਨੂੰ ਕਿ ਉਹ ਵੀ ਤਿਆਰ ਰਹਿਣ ਜੀ ਹੁਣ ਬੇਨਤੀ ਕਰਾਂਗਾ ਲਾਭ ਸਿੰਘ ਭਾਮੀਆਂ ਭਗਤ ਤੋਂ ਭਗਤ ਜਗ ਬੱਜਿਆ ਚੌਂ ਚੱਕਾਂ ਵਿੱਚ ਚਮਰੇਟਾ ਸਿੰਘੂ ਬਾਡਰ ਦੇ ਉੱਤੇ ਸੰਯੁਗਤ ਕਿਸਾਨ ਮੋਰਚੇ ਦੀ ਸਟੇਜ ਤੇ ਉਸ ਪੰਡਾਲ ਦੇ ਅੰਦਰ ਕ੍ਰਾਂਤੀਕਾਰੀ ਇਨਕਲਾਬੀ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅਸੀਂ ਜ਼ਿਕਰ ਕਰਦੇ ਹਾਂ ਬਾਰ-ਬਾਰ ਸਤਿਗੁਰੂ ਅਰਦਾਸ ਜੀ ਮਹਾਰਾਜ ਜੀ ਦੇ ਉਹ ਸੰਕਲਪ ਬੇਗਮਪੁਰੇ ਦਾ ਕਿਉਂਕਿ ਉਹਨਾਂ ਨੇ ਇੱਕ ਸਾਡੇ ਸਾਹਮਣੇ ਇੱਕ ਨਕਸ਼ਾ ਦਿੱਤਾ ਸੀ ਇੱਕ ਵਿਚਾਰਧਾਰਾ ਦਿੱਤੀ ਸੀ ਇੱਕ ਸੰਕਲਪ ਦਿੱਤਾ ਸੀ ਬੇਗਮਪੁਰਾ ਬਸਾਉਣ ਦਾ ਸੋ ਅੱਜ ਜੋ ਗੱਲ ਹੈ ਬੇਗਮਪੁਰੇ ਦੀ ਕਿਉਂਕਿ ਉਹਨਾਂ ਨੇ ਕਿਹਾ ਕੀ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤੇ ਠਾਓ ਦੋਮ ਨਾ ਸੇਮ 100 ਆਹੀ ਨਾ ਜਾਂਤਾ ਨਾ ਪਾਤਾ ਨਾ ਜਾਂਤੇ ਨਾ ਪਾਤੇ ਨਾ ਤਾਤੇ ਨਾ ਮਾਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਾਨੂੰ ਸੰਕਲਪ ਦਿੱਤਾ ਸੀ ਮਾਨਸਕੀ ਜਾਤ ਸਭੇ ਏਕੇ ਪਹਿਚਾਨ ਬੋ ਅਵਲ ਅੱਲਾ ਨੂਰ ਆ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਗੁਰੂਆਂ ਦਾ ਜੋ ਸੰਕਲਪ ਜੋ ਉਪਦੇਸ਼ ਹੈ ਉਸ ਬੇਗਮਪੁਰੇ ਦੇ ਵਿੱਚ ਸਮੋਇਆ ਹੋਇਆ ਹੈ ਤੇ ਅੱਜ ਜੋ ਲੜਾਈ ਹੈ ਕਿਉਂਕਿ ਅੱਜ ਦੇਖੋ ਮੋਦੀ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਆ ਤੇਰੀ ਸੱਲਤ ਤੇ ਆਲੇ-ਦਾਲੇ ਬੇਗਮਪੁਰਾ ਵਸ ਚੁੱਕਿਆ ਹੈ ਆ ਕੇ ਦੇਖ ਲੈ ਮੋਦੀ ਕਿਉਂਕਿ ਉਹ ਸਾਰੇ ਲੋਕ ਹੁਣ ਇਕੱਠੇ ਹੋ ਗਏ ਹਨ ਉਹਨਾਂ ਨੇ ਜਾਤਾਂ ਪਾਤਾਂ ਨੂੰ ਪਰੇ ਸਿੱਟ ਕੇ ਆਪਣੇ ਹੱਕਾਂ ਦੇ ਲਈ ਇੱਕ ਸੰਘਰਸ਼ ਸ਼ੁਰੂ ਕਰ ਦਿੱਤਾ ਹੈ ਕਿਸਾਨ ਮਜ਼ਦੂਰ ਕਿਰਤੀ ਜੋਸ਼ ਦੇ ਧਰਤੀ ਪੁੱਤਰ ਹਨ ਜਿਨ੍ਹਾਂ ਦੇ ਸਹਾਰੇ ਇਹ ਦੇਸ਼ ਚੱਲਦਾ ਹੈ ਉਹ ਸਾਰੇ ਇਕੱਠੇ ਹੋ ਗਏ ਨੇ ਉਹ ਬੇਗਮਪੁਰਾ ਬਸਾਉਣ ਦੇ ਲਈ ਡਿੜ ਸੰਕਲਪ ਹੋ ਗਏ ਨੇ ਤੂੰ ਚਾਹਨਾ ਮਾ ਸਾਡਾ ਬੇਗਮਪੁਰਾ ਉਜਾੜਨਾ ਅਸੀਂ ਤੇਰੇ ਅਡਾਨੀਆਂ ਅਵਾਨੀਆਂ ਨੂੰ ਉਜਾੜਨਾ ਚਾਹੁੰਦੇ ਆ ਹੁਣ ਲੜਾਈ ਸਿੱਧੀ ਹੋ ਗਈ ਹੈ ਹੁਣ ਲੜਾਈ ਸਿੱਧੀ ਹੋ ਚੁੱਕੀ ਹੈ ਕਿਉਂਕਿ ਮੈਂ ਅੱਜ ਸਮਝਦਾ ਵੀ ਇਤਿਹਾਸਕ ਦਿਨ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਟੇਜ ਤੋਂ ਸੰਯੁਕਤ ਰਾ ਕਿਸਾਨ ਮੋਰਚੇ ਦੀ ਸਟੇਜ ਤੋਂ ਅੱਜ ਪਹਿਲੀ ਵਾਰ ਸਾਰੇ ਸਮਾਜ ਰਲ ਕੇ ਸਤਗੁਰੂ ਅਰਬਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਔਰ ਮੈਂ ਚਾਹੁੰਨਾ ਇਹ ਸੰਦੇਸ਼ ਪਿੰਡ ਵਾਪਸ ਜਦੋਂ ਅਸੀਂ ਜਾਣਾ ਜੰਗ ਜਿੱਤ ਕੇ ਇਹ ਇਦਾਂ ਹੀ ਬਣਿਆ ਰਹਿਣਾ ਚਾਹੀਦਾ ਹੈ ਇਹ ਪਿੰਡਾਂ ਦੇ ਵਿੱਚ ਜਾਣਾ ਚਾਹੀਦਾ ਸਾਰੇ ਦੇਸ਼ ਦੇ ਵਿੱਚ ਜਾਣਾ ਚਾਹੁੰਦਾ ਚਾਹੀਦਾ ਹੈ ਇਹੀ ਬੇਨਤੀਆਂ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦਾ ਹੋਇਆ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ